ਅਗਲੀ ਖਬਰ ਹੈ ਜੀ, ਅਮਰੀਕਾ ਟੈਕਸਸ ਵਿਚ 84 ਕਤਲਿਆਂ ਨੂੰ ਸਿੱਖ ਨਸਲ ਖੁਸ਼ੀ ਵਜੋਂ ਮਾਨਤਾ। ਵਿਧਾਨ ਸਭਾ ਦੇ ਨੁਮਾਇੰਦਿਆਂ ਨੇ ਮਤਾ ਪਾਸ ਕੀਤਾ। ਸਿੱਖ ਇਹੋ ਜਿਹੀਆਂ ਖਬਰਾਂ ਪੜ੍ਹ ਸੁਣ ਕੇ, ਫੋਟੋਆਂ ਵੇਖ ਕੇ ਬੜੇ ਖੁਸ਼ ਹੁੰਦੇ ਨੇ। ਕੱਖ ਨਹੀਂ ਬਣਨਾ, ਕੱਖ ਨਹੀਂ ਬਣਨਾ, ਕੱਖ ਨਹੀਂ ਬਣਨਾ। ਜਿਹਨਾਂ ਨੇ 84 ਚ ਸਿੱਖ ਨਸਲ ਖੁਸ਼ੀ ਕੀਤੀ ਸੀ ਉਹ ਬੰਦੇ ਜੇ ਜਿਉਂਦੇ ਨੇ, ਉੱਠੋ ਸੁਰਮਿਓ, ਉਹਨਾਂ ਨੂੰ ਗੱਡੀ ਚਾੜ ਦਿਓ ਤੇ ਉਹਨਾਂ ਨੂੰ ਗੋਲੀ ਮਾਰ ਦਿਓ। ਦਾਦੂਵਾਲ ਨੂੰ ਹਰਿਆਣਾ ਕਮੇਟੀ ਦੀ ਪ੍ਰਧਾਨਗੀ ਤੋਂ ਹਟਾਉਣ ਦੀ ਮੰਗ। ਮੈਂ ਪਹਿਲਾਂ ਹੀ ਕਿਹਾ ਸੀ ਦਾਦੂਵਾਲ ਕੁੱਤੇ ਦੀ ਮੌਤ ਮਰੇਗਾ, ਵੇਖ ਲਓ ਸਿਆਸੀ ਮੌਤ ਉਹਦੀ ਹੋਣ ਵਾਲੀ ਹੈ ਤੇ ਕਿਸੇ ਦਿਨ ਦੁਨਿਆਵੀ ਤੌਰ ਤੇ ਵੀ ਕਿਸੇ ਨੇ ਉਹਨੂੰ ਗੱਡੀ ਚਾੜ ਦੇਣਾ, ਕਿਉਂਕਿ ਬਹੁਤ ਹੀ ਘਟੀਆ ਨੀਚ ਇਨਸਾਨ ਹੈ ਦਾਦੂਵਾਲ। ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਪਿੰਡ ਚ ਲੱਗੇਗਾ ਜਲ ਸਪਲਾਈ ਪ੍ਰੋਜੈਕਟ ਜਿੰਪਾ ਸਿਆਣੀ ਗੱਲ ਏ, ਆਈ ਐਪਰੀਸ਼ੀਏਟ। ਨਹਿਰੀ ਪਾਣੀ ਮਾਮਲਾ, 5 ਕਿਸਾਨ ਜਥੇਬੰਦੀਆਂ ਚੰਡੀਗੜ੍ਹ ਚ ਲਾਉਣਗੀਆਂ ਪੱਕਾ ਮੋਰਚਾ। ਇਹਨਾਂ ਕਿਸਾਨਾਂ, ਇਹ ਕਿਸਾਨ ਮੋਦੀ ਦੇ ਬੰਦੇ ਨੇ, ਇਹਨਾਂ ਰੇ ਕੋਲ ਪੈਸੇ ਖਾਂਦੇ ਨੇ, ਇਹਨਾਂ ਨੂੰ ਘੁੱਟ ਘੁੱਟ ਕੇ ਕੌਮਾਂ 'ਚ ਪਾ ਦਿਓ, ਪੂਰੇ ਕੰਜਰ ਨੇ। ਕਾਂਗਰਸ ਦੇ ਮੌਜੂਦਾ ਹਾਲਾਤ ਲਈ ਅੰਦਰੂਨੀ ਗੁੱਟਬਾਜ਼ ਜ਼ਿੰਮੇਵਾਰ ਸੰਤੋਸ਼ ਚੌਧਰੀ ਸਿਰਫ ਫੋਟੋਆਂ ਖਿਚਾਉਣ ਦਾ ਸ਼ੌਂਕ ਹੈ, ਜਿਹਦੇ ਜਸ਼ਨ ਮਨਾ ਰਹੇ ਸਰਪੰਚ ਦੇ ਸਮਰਥਨਾਂ 'ਤੇ ਅਮਲਾ। ਪਹਿਲਾਂ ਪੁੱਛਿਆ ਸਰਪੰਚ ਨੂੰ, ਜਦੋਂ ਚੁਣਿਆ ਗਿਆ ਤੂੰ ਲੋਕਾਂ ਲਈ ਕੰਮ ਕਾਰ ਜਸ਼ਨ ਗੱਲ ਮਨਾ ਰਿਹਾ, ਇਸ ਕਰਕੇ ਜੇ ਦਿਨ 'ਤੇ ਕਿਸੇ ਨੇ ਹਮਲਾ ਕੀਤਾ ਬਹੁਤ ਚੰਗਾ ਕੀਤਾ। ਹਮਲਾ ਕਰਨ ਵਾਲੇ ਪਾਗਲ ਅਤੇ ਜਸ਼ਨ ਮਨਾਉਣ ਵਾਲੇ ਪਾਗਲ, ਆਲ ਆਰ ਮੈਂਟਲਸ। ਅੱਗੇ ਖਬਰ ਆਉਂਦੀ ਹੈ ਜੀ, ਬੇਅਦਬੀ ਇਨਸਾਫ ਮੋਰਚੇ ਦੀ ਪੁੱਜੀ ਸ਼੍ਰੋਮਣੀ ਕਮੇਟੀ ਅਧਿਕਾਰੀ, ਸ਼ੁਕਰ ਹੈ ਇੰਨੇ ਚਿਰ ਮਗਰੋਂ ਤੁਹਾਨੂੰ ਅਕਲ ਆਈ ਹੈ, ਪਹਿਲਾਂ ਵੀ ਅਕਲ ਹੀ ਰਹੇ ਹੋ। ਮਾਹੌਲ ਖਰਾਬ ਕਾਰਨ ਹੋਣ ਕਾਰਨ ਪੰਜਾਬ ਦੇ ਵਪਾਰੀ ਸਹਿਮੇ ਢੀਂਡਸਾ, ਫਿਰ ਸਿਆਸੀ ਗੱਲਾਂ ਨੇ, ਇਹਨਾਂ ਗੱਲਾਂ 'ਚ ਮੈਂ ਕੁਛ ਨਹੀਂ ਲੈਣਾ ਦੇਣਾ। ਨਹਿਰ ਟੁੱਟਣ ਕਾਰਨ 100 ਏਕੜ 'ਚ ਪਾਣੀ ਭਰਿਆ, ਬੜੀ ਮਾੜੀ ਗੱਲ ਏ। ਪੰਜਾਬ ਸਰਕਾਰ ਦੀ ਕਬਜ਼ਾ ਹਟਾਵੇ ਦੂਜੇ ਪੜਾਅ 'ਚ ਸਿਆਣੀ ਗੱਲ ਏ।